मेरा नाम जपरूप कौर है। मैं किस स्कूल से चाहिए? द स्टालवर्ट इंटरनेशनल स्कूल बटाला, जिन्हां दे फाउंडर सरदार बूटा सिंह जी मल्लियांवाल। मेरी 15 ईयर है। MLA साहब साढ़े घर आए, मैनू बहुत वधिया लगा। उन्होंने हौसला अफजाई की। उन्होंने मैनू एक गल कही है कि पुत, जे फ्यूचर च मेरी कोई भी लोड़ पैंदी है, मैनू बिना झिझक तू मैनू दसना है, मैं तेनू हर एक ख्वाहिश तेरी पूरी करांगा। ਕਿਹੜੀ ਗੇਮ ਵਿੱਚ ਜਿੱਤੇ ਤੁਸੀਂ? मैं ट्रिपल जंप विच सैकेंड मैडल ले आया। नेशनल लेवल दियां गेम्स हुई सी ICSE दियां कर्नाटका दे विच। हाँ जी, ओलंपिक दा मेरा सुपना आ। ए मैं फ्यूचर दे विच ए सोचदी हाँ कि मैं ओलंपिक नूं रिप्रजेंट करके अपने पूरे भारत दा नाम जिहड़ा उच्चा करना ते गोल्ड मैडल उत्थों लै के आना। उन्होंने एक गल कही आ कि पुत, बस अपने जिहड़ा एम आ, अपना टीचा आ, उन्हूं नहीं छड्डना। स्ट्रगल ते बहुत ज्यादा आउणी आ, पर स्ट्रगल नूं पिछे छड्ड के करनी आ, स्ट्रगल करनी आ। जिहड़ा पिछे विच मुश्किलां आउंदियां आ उन्हूं पिछे छड्ड के, पर अपने एम नूं बरकरार रखणा। ਭਾਜੀ ਕੀ ਨਾਮ ਤੁਹਾਡਾ? ਮੇਰਾ ਨਾਮ ਗੁਰਦੀਪ ਸਿੰਘ। ਮੈਂ ਐਜ ਏ ਪ੍ਰੈਜੈਂਟ ਪੰਜਾਬ ਪੁਲਿਸ ਬਟਾਲਾ, ਜਿਹੜੀ ਡਿਊਟੀ ਆ ਮੈਂ MLA ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਉਹਨਾਂ ਦੇ ਨਾਲ PSO ਵਜੋਂ ਨਿਭਾ ਰਿਹਾ। ਉਹਨਾਂ ਨੇ ਇਹੀ ਦੱਸਿਆ ਕਿ ਜਿੱਦਾਂ ਬੱਚੇ ਨੂੰ ਪ੍ਰੋਬਲਮ ਜਿਵੇਂ ਆ ਗਈ, ਜੇ ਨਾ ਆਉਂਦੀ ਤਾਂ ਵਾਕਿਆ ਇਹਨੇ DR ਕਾਰਡ ਕਰਨਾ ਸੀਗਾ ICSE ਸਪੋਰਟਸ ਦੇ ਵਿੱਚ। ਅਤੇ ਬਾਕੀ ਉਹ ਇੱਕ ਵਿਸ਼ਵਾਸ ਦੇ ਕੇ ਗਏ ਆ ਕਿ ਕਿਸੇ ਵੀ ਚੀਜ਼ ਦੀ ਬੱਚੇ ਨੂੰ ਜ਼ਰੂਰਤ ਆ, ਅਤੇ ਉਹ ਜਦੋਂ ਮਰਜ਼ੀ ਬਿਨਾਂ ਝਿਜਕ ਇੱਕ ਪਰਿਵਾਰ ਮੈਂਬਰ ਵਾਂਗ ਨੇ ਸਾਡੇ ਨਾਲ, ਅਤੇ ਉਹ ਪੂਰੀ ਕਰਨਗੇ। ਹਾਂਜੀ ਹਾਂ, ਉਹ ਇਹ ਭਰੋਸਾ ਦੇ ਕੇ ਗਏ ਨੇ ਕਿ ਇਹ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ, ਇਹਨਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ, ਜਿਵੇਂ ਪਿਛਲੇ ਸਾਲ ਐਰਕਾਂ। ਉਹ ਇੱਕ ਸਪੋਰਟਸ ਪਰਸਨ ਜਿਹੜੇ ਬੱਚੇ ਨੇ, ਛੋਟੇ ਬੱਚਿਆਂ ਨੂੰ ਇਹ ਬਹੁਤ ਵਧੀਆ ਉਪਰਾਲਾ ਆ। ਇਹੋ ਜਿਹੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਆ, ਜਿਹਦੇ ਨਾਲ ਉਹ ਫਾਈਨੈਂਸ਼ਲੀ ਤੌਰ 'ਤੇ ਵੀ ਬੱਚੇ ਦੀ ਜਿਹੜੀ ਆ ਉਹ ਮਦਦ ਕਰਦੇ ਸਰਕਾਰ। ਹਾਂਜੀ ਹਾਂਜੀ, ਮੈਂ ਇਲੈਕਸ਼ਨ ਤੋਂ ਪਹਿਲੇ ਜਦੋਂ ਇਹਨਾਂ ਨੇ ਆਪਣੇ ਨਾਮਜ਼ਦਗੀ ਫੋਰਮ ਭਰੇ ਆ, ਉਦੋਂ ਤੋਂ ਹੀ ਮੇਰੀ ਇਹਨਾਂ ਦੇ ਨਾਲ ਜਿਹੜੀ ਡਿਊਟੀ ਇੱਧਰ ਇਹਨਾਂ ਦੇ ਨਾਲ ਅਟੈਚ ਹੋਈ ਹੈ। ਵੇਖੋ, ਜਿਹੜਾ ਸਪੋਰਟਸਮੈਨ ਰਿਹਾ ਉਹਨੂੰ ਪਤਾ ਲੱਗ ਜਾਂਦਾ ਆ ਕਿ ਕਿਹੜਾ ਬੱਚਾ ਅਚੀਵ ਕਰ ਸਕਦਾ। ਸਭ ਤੋਂ ਪਹਿਲੇ ਤਾਂ ਸਾਨੂੰ ਬਿਲੀਵ ਹੋਣਾ ਚਾਹੀਦਾ ਕਿਸੇ ਵੀ ਕੰਮ 'ਤੇ। ਜਿੰਨਾ ਚਿਰ ਤੱਕ ਸਾਨੂੰ ਕਿਸੇ ਕੰਮ ਦੇ ਉੱਤੇ ਬਿਲੀਵ ਨਹੀਂ ਹੈਗਾ, ਜਿਵੇਂ ਇਹਨੂੰ ਜਪਰੂਪ ਕੌਰ ਨੂੰ ਆਪਣੇ ਆਪ 'ਤੇ ਬਿਲੀਵ ਆ ਕਿ ਮੈਂ ਓਲੰਪਿਕ ਨੂੰ ਉੱਥੋਂ ਮੈਡਲ ਲੈਣਾ ਆ, ਠੀਕ ਆ। ਇੱਕ ਆਪਣਾ ਜਿਹੜਾ ਰਾਸ਼ਟਰੀ ਗਾਨ ਆ ਜਨ ਗਨ ਮਨ, ਉਹ ਮੈਂ ਜਿਹੜੀ ਧੁਨ ਆ ਉਹਦੀ ਸੁਣਨੀ ਆ, ਵਿਕਟਰੀ ਸਟੈਂਡ 'ਤੇ ਚੜ੍ਹਨਾ ਆ, ਠੀਕ ਆ। ਇਹ ਬੜੀ ਵੱਡੀਆਂ ਗੱਲਾਂ ਹੁੰਦੀਆਂ ਨੇ। ਉਹ ਐਟੋਮੈਟਿਕਲੀ ਜਿਹੜਾ ਚੰਗਾ ਬੰਦਾ ਉਹਨੂੰ ਪਤਾ ਲੱਗ ਜਾਂਦਾ ਆ ਪਲੇਅਰ ਨੂੰ ਕਿ ਇਹਦੀਆਂ ਖਾਹਿਸ਼ਾਂ ਵੀ ਵੱਡੀਆਂ ਨੇ ਅਤੇ ਪ੍ਰਾਪਤੀਆਂ ਵੀ ਵੱਡੀਆਂ ਕਰ ਰਹੀ ਆ। ਇਸ ਕਰਕੇ ਉਹ ਜਿਹੜੀ ਆ ਬੱਚੇ ਦੀ ਮਦਦ ਕਰਦੇ ਨੇ। ਹਾਂਜੀ ਸਰ, ਬੇਟੀ ਵੱਲ ਆਏ ਸੀ ਤੁਸੀਂ? ਬੜੀ ਖੁਸ਼ੀ ਦੀ ਗੱਲ ਹੈ ਜੀ, ਮੇਰਾ ਆਪਣਾ ਪਰਿਵਾਰ ਹੈ ਔਰ ਇਹਨਾਂ ਦੇ ਵਿੱਚੋਂ ਇਹਨਾਂ ਦੇ ਪਿਤਾ ਜੀ ਪੰਜਾਬ ਪੁਲਿਸ 'ਚ ਨੇ ਔਰ ਵੱਡੀ ਗੱਲ ਇਹ ਹੈ ਵੀ ਇੱਕ ਗੇਮਾਂ ਨੂੰ ਪਿਆਰ, ਖੇਡਾਂ ਨੂੰ ਪਿਆਰ ਕਰਨ ਵਾਲੇ ਨੇ ਔਰ ਮੈਂ ਥੈਂਕਸ ਕਰਦਾ ਜਦੋਂ ਦੀ CM ਸਾਹਿਬ ਦੀ ਸਰਕਾਰ ਆਈ ਹੈ, ਮਾਨ ਸਾਹਿਬ ਦੀ। ਖੇਡਾਂ ਵਤਨ ਪੰਜਾਬ ਦੀਆਂ ਵੀ ਚੱਲੀਆਂ, ਹੋਰ ਬੱਚਿਆਂ ਦਾ ਜਿਹੜਾ ਰੁਝਾਨ ਆ ਉਹ ਇੱਕ ਖੇਡਾਂ ਪ੍ਰਤੀ ਜਿਹੜਾ ਉਜਾਗਰ ਹੋਇਆ ਔਰ ਮੈਨੂੰ ਖੁਸ਼ੀ ਇਸ ਗੱਲ ਦੀ, ਸਾਡਾ ਆਪਣਾ ਪਰਿਵਾਰ ਇਹਦੇ ਵਿੱਚੋਂ ਜਿਹੜੀ ਸਾਡੀ ਬੱਚੀ ਹੈ ਜਪਰੂਪ ਕੌਰ ਇਹ ਸੈਕਿੰਡ ਆਈ ਹੈ, 32 ਬੱਚਿਆਂ ਦੇ ਵਿੱਚੋਂ ਇੰਡੀਆ ਲੈਵਲ 'ਤੇ ਸੈਕਿੰਡ ਆਉਣਾ ਇਹ ਸਾਡੇ ਬਟਾਲੇ ਵਾਸਤੇ ਵੀ ਮਾਣ ਦੀ ਗੱਲ ਹੈ ਔਰ ਮੈਨੂੰ ਫਖਰ ਮਹਿਸੂਸ ਹੋ ਰਿਹਾ ਕਿ ਸਾਡੇ ਮੇਰੇ ਅਜੀਜ਼, ਮੇਰਾ ਵੱਡਾ ਵੀਰ ਮੈਂ ਕਹਿ ਸਕਦਾ, ਉਹਨਾਂ ਦੀ ਬੱਚੀ ਨੇ ਇੰਨੀ ਤਰੱਕੀ ਕੀਤੀ ਆ। ਹਾਲੇ ਕਿ ਇੱਕ ਵੱਡੀ ਇੱਕ ਮਿਸਾਲ ਇਹ ਆ ਵੀ ਉਹਦੀ ਸਿਹਤ ਠੀਕ ਨਹੀਂ ਔਰ ਉਹ ਟੈਸਟ ਸੀ ਉਹਦਾ, ਉਹ ਅਖੀਰਲਾ ਟਾਈਮ ਸੀ ਗੇਮ ਦਾ ਵੀ, ਉਹ ਸਾਲ ਦੀ ਮਿਹਨਤ ਦਾ, ਪਰ ਮੈਂ ਇਹ ਵੇਖ ਕੇ ਹੈਰਾਨ ਵੀ ਸਿਹਤ ਠੀਕ ਹੋਣ ਦੇ ਨਾ ਬਾਵਜੂਦ ਵੀ ਉਹਨੇ ਜੋ ਗੇਮ ਪਲੇ ਕੀਤੀ, ਜੇ ਠੀਕ ਹੁੰਦੀ ਤਾਂ ਸ਼ਾਇਦ ਫਸਟ ਆਉਂਦੀ, ਪਰ ਬਹੁਤ ਬਹੁਤ ਵੱਡੀ ਔਰ ਖੁਸ਼ੀ ਦੀ ਗੱਲ ਹੈ। ਸਾਨੂੰ ਆਪਣੇ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਪ੍ਰੇਰਿਤ ਕਰਨਾ ਪਏਗਾ ਔਰ ਆਮ ਆਦਮੀ ਪਾਰਟੀ ਦੀ ਸਰਕਾਰ, ਭਗਵੰਤ ਮਾਨ ਜੀ ਦੀ ਸਰਕਾਰ, ਮੈਂ ਇੰਨੀ ਗੱਲ ਮਾਣ ਨਾਲ ਕਹਿ ਸਕਦਾ ਜੋ ਸਾਡੇ CM ਸਾਹਿਬ ਦੀ ਸੋਚ ਆ ਵੀ ਖੇਡਾਂ ਫਿਰ ਪੰਜਾਬ ਨੂੰ ਉਹ ਰੰਗਲਾ ਪੰਜਾਬ ਜਿਹੜਾ ਦੁਬਾਰਾ ਤੋਂ ਲੈ ਕੇ ਆਉਣਗੀਆਂ ਔਰ ਇਹਦੇ ਵਿੱਚ ਸਭ ਤੋਂ ਵੱਧ ਸਹਿਯੋਗ ਸਾਡੇ ਆਉਣ ਵਾਲੇ ਫਿਊਚਰ, ਸਾਡੀ ਆਉਣ ਵਾਲੀ ਪੀੜ੍ਹੀ ਦਾ ਹੋਊਗਾ ਜੀ। ਥੈਂਕ ਯੂ। ਬੜੀ ਖੁਸ਼ੀ ਦੀ ਗੱਲ ਹੈ, ਸਾਡੀਆਂ ਧੀਆਂ ਅੱਜ ਉੱਭਰ ਕੇ ਬਾਹਰ ਆ ਰਹੀਆਂ ਨੇ
और ये मैं वो सोच सो वेख रहा कहती जी मैं नैशनल लैवल पर खेडना खेड के मैं अपने शहर वास्ते अपने हल्के वास्ते मैं गोल्ड मैडल जरा लैके आना चाहनी हाँ। मेरी एक सुपना है, मेरी सोच है और सानू माण महसूस होंगे भी साढ़े बच्चों की यह सोच है। सो असी एप्रीशिएट करते हैं, सरकार नाल खड़ी है, जिते भी साढ़े खिडारियों जिस किस्म की भी जरूरत है असी उत्थे नाल उन्हां देखो जी ये पुराने जदों की मैं इलैक्शन लड़ रहा सी और उदों दे मेरे नाल ड्यूटी ते ने। सो कहण दा भाव मैं ये नहीं मैं कह सकता भरा ने अपने जिन्हें भी आ मुंडे साडे नाल सिक्योरिटी वाले मेरा परिवार है अपना और जो साडा कोई परिवार का जी तरक्की करता है तो माण तो महसूस होता ही। सर बेटी का सपना है भी मैं ओलंपिक जीत के ते इंडिया का नाम रोशन। बिल्कुल जी बिल्कुल, वेखो वो इंडिया का नाम तो रोशन होना ही होना, नाल पंजाब का नाम रोशन होगा, नाल साडे बटाले का नाम रोशन होगा, नाल साडे परिवार का मैं कह सकता भी ये एक सीध आ। हुण मेरे नाल जितना अं 15-20 जाने गए हैं इन्हों भी इंट्रस्ट है भी यार अं भी अपने बच्चों ना खेडों के रुझान च पाइए। हुण ये साढ़े 15-20 बंद इंट्रस्ट पै गया, साडी बच्ची जित के आती है, पंजाब एक मैसेज आऊगा। इहो एक साडी कोशिश की है, साडी कोशिश यह है भी जिहड़ी ये तरक्की हो रही है ये एक जिहड़ी बटाले च एक पंजाब च मैसेज आवे यार बच्चियां ने हुण खेडां च तरक्कियां करनियां शुरू कर लिया, मल्लां मारनियां शुरू कर लिया। हुण खेडां वतन पंजाब तो बाद कई गोल्ड मैडल पंजाब च आए हैं, पहला तो समझ लो भी अलोप ही हो गई पर मैं सल्यूट करदा मान साहब की सोच नूं जिन्हां ने तरजीह दित्ती है ते हलाशेरी ना बच्चे उभर के बाहर आ रहे हैं।